ਅੰਦਰ ਸਿੰਘ ਜੀ ਪਿੰਡ ਚੋਲਾ ਖੁਰਦ ਜੀ, ਕੀ ਵਾਰਦਾਤ ਹੋਈ ਹੈ ਜੀ? ਇਹਨਾਂ ਦੇ ਰਾਜ ਜੀ ਲਟੇਰੇ ਆਏ ਆ ਤੇ ਉਹਨਾਂ ਨੇ ਇਹਨਾਂ ਨੂੰ ਅੰਦਰ ਕਾਬੂ ਕਰਕੇ ਤੇ ਉੱਤੇ ਹਥਿਆਰ ਰੱਖ ਕੇ ਉਹਨਾਂ ਦੇ ਕੰਨ ਤੇ ਅਮਰਜੀਤ ਦੇ ਤੇ ਲੁੱਟ ਪੁੱਟ ਕੇ ਲੈ ਗਏ ਜੀ। ਸਾਰਾ ਤੁਹਾਡੇ ਗੜੀ ਸਾਹਮਣੇ ਆ ਜੀ, ਤੇ ਅਸੀਂ ਤਾਂ ਹੁਣ ਦੇਣੇ ਆਏ ਹਾਂ ਤੇ ਸਾਨੂੰ ਦੱਸਿਆ ਤਾਂ ਹੁਣ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਆ ਤੇ ਪੁਲਿਸ ਆ ਰਹੀ ਹੈ ਜੀ। ਤੇ ਬਿਮਾਰ ਬਹੁਤ ਜ਼ਿਆਦਾ ਇਹਨਾਂ ਨੁਕਸਾਨ ਹੋਇਆ, ਵਿਚਾਰੇ ਗਰੀਬ ਬੰਦੇ ਆ ਜੀ ਤੇ ਲੁੱਟ ਪੁੱਟ ਕੇ ਲੈ ਗਏ ਆ। ਲੁੱਟਾਂ ਹੋਣੀਆਂ ਉਤਰਾ ਵਾਰਦਾਤਾਂ ਵਾ ਵੀ ਕਾਫੀ ਇਸ ਇਲਾਕੇ ਦੇ ਵਿੱਚ ਹੋ ਰਹੀਆਂ ਨੇ, ਬਹੁਤ ਜੀ ਬਹੁਤ। ਕੀ ਕਹਿਣਾ ਚਾਹੁੰਦੇ ਜੀ ਇਸ ਸੰਬੰਧ? ਅਸੀਂ ਧਿਆਨ ਇਹੋ ਜਾਂਦੇ ਹਾਂ ਵੀ ਪ੍ਰਸ਼ਾਸਨ ਦੇ ਗਾੜੀ ਇਹੋ ਬੇਨਤੀ ਕਰਦੇ ਹਾਂ ਵੀ ਤਗੜੇ ਹੋ ਗਏ, ਇਹਨਾਂ ਨੂੰ ਜਿਹੜਾ ਫੜਿਆ ਜਾਂਦਾ ਵਾ ਉਹਨੂੰ ਥੋੜ੍ਹਾ ਜੋ ਬਹੁਤਾ ਚਿਰ ਕੋਈ ਸਜ਼ਾ ਮਿਲੇ, ਕੋਈ ਉਹਨੂੰ ਤੁਸੀਂ ਆਪਾਂ ਉਸੇ ਵੇਲੇ ਛੱਡ ਦਿੰਦੇ ਹਾਂ ਜਿਹੜਾ, ਤੇ ਉਹ ਫਿਰ ਉਹਦਾ ਮਾ ਜਿਹੜਾ ਦਿਲ ਹੌਸਲੇ ਵਧੇ ਆ ਵੀ ਕੋਈ ਨਹੀਂ, ਜਿਹੜਾ ਆਪਾਂ ਗਏ ਤੇ ਆਪਾਂ ਆ ਜਾਣਾ ਵਾ ਤੇ ਉਹਨੂੰ ਕੋਈ ਸਜ਼ਾ ਦਿੱਤੀ ਜਾਵੇ ਜਿਹੜਾ ਗਾੜੀ ਉਹਦਾ ਕ੍ਰਿਮ ਨਾ ਕਰੇ ਜੀ। ਇਹ ਬਹੁਤ ਮੰਦਭਾਗੀ ਖਬਰ ਆ ਜੀ, ਸਾਡੇ ਵਾਸਤੇ ਬਹੁਤ ਦੁੱਖ ਆ। ਸਾਰੇ ਨਗਰ ਨੂੰ ਵੇਖੋ ਕਿੱਦਾਂ ਸਾਰਾ ਨਗਰ ਇੱਥੇ ਆਣ ਕੇ ਬੈਠਾ ਵਾ। ਬਲਵਿੰਦਰ ਕੌਰ, ਕੀ ਵਾਰਦਾਤ ਹੋਈ ਮਤਲਬ ਜੀ? ਭਾਅ ਜੀ ਅਸੀਂ ਤਾਂ ਸੁੱਤੇ ਹਾਂ ਤੇ ਸੁੱਤਿਆਂ ਨੂੰ ਆਣ ਕੇ ਸਾਨੂੰ ਤਾਂ ਫੜ ਲਿਆ ਉਹਨਾਂ ਨੇ, ਬੰਦੀਆਂ ਬਣਾ ਕੇ ਤੇ ਅੰਦਰ ਵਾੜ ਲਿਆ ਵਾ, ਅੰਦਰ ਵਾੜ ਕੇ ਤੇ ਪਿਸਤੌਲ ਰੱਖ ਲਿਆ ਸਾਡੇ ਤੇ, ਹੈਂ ਚਾਰ ਜਣੇ ਸਾਡੇ ਕੋਲ ਆ ਗਏ ਬਾਕੀ ਅੰਦਰ ਵੜ ਗਏ ਆ। ਕਿੰਨੇ ਕੁ ਬੰਦੇ ਸੀ ਮਤਲਬ? ਬੰਦੇ ਕਾਫੀ ਸੀ। ਤੇ ਕਿੰਨਾ ਨੁਕਸਾਨ ਹੋ ਗਿਆ ਜੀ ਆਪਣਾ? ਨੁਕਸਾਨ ਤਾਂ ਸਾਡਾ ਭਾਅ ਜੀ ਬਹੁਤ ਹੋ ਗਿਆ। ਕੀ ਕੀ ਲੱਗ ਗਿਆ ਚੋਰੀ ਕਰਕੇ ਜੀ? ਦੋ ਤੇ ਸੈੱਟ ਸੀ ਬੂਟੀ ਦੇ ਤੇ ਤਿੰਨ ਛਾਪਾ ਸੀ ਤੇ ਇੱਕ ਚੈਨੀ ਸੀ ਤੇ ਇੱਕ ਜੋੜਾ ਵਾਲੀਆਂ ਦਾ ਸੀ। ਨਗਦੀ ਵੀ ਲੈ ਗਏ? 5,000 ਰੁਪਇਆ ਨਗਦੀ ਲੈ ਗਏ ਤੇ ਫੋਨ ਲੈ ਗਏ। ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਤੁਸੀਂ? ਮੰਗ ਇਹੋ ਕਰਦੇ ਵੀ ਇਹਨਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ ਤੇ ਇਹਨਾਂ ਦੀ ਸਖ਼ਤ ਕਾਰਵਾਈ ਕੀਤੀ ਜਾਵੇ, ਜਿਹੜਾ ਅੱਗੇ ਤੋਂ ਇਹਨਾਂ ਨੂੰ ਨੱਥ ਪਾਓ। ਰਾਤ ਜੀ ਚੋਰ ਆਏ ਆ ਨਗਦੀ 10-12-15 ਤੇ ਉਹਨਾਂ ਨੇ ਆਣ ਕੇ ਮੈਨੂੰ ਨੱਪ ਲਿਆ ਉੱਥੇ ਹੀ ਤੇ ਪਿਸਤੌਲ ਰੱਖ ਦਿੱਤਾ ਮੇਰੀ ਤਾਂ ਇੱਥੇ ਕੰਨ ਪੱਟੀ ਦੇ ਤੇ ਸਾਨੂੰ ਮੁੜ ਕੇ ਜਾਂਦੇ ਵੀ ਜੋ ਕੁਛ ਹੈਗਾ ਦੇ ਦਿਓ ਅਤੇ ਉਹਨਾਂ ਨੇ ਮੁੜ ਕੇ ਅਲਮਾਰੀ ਪੁੱਟ ਕੇ ਤੋੜ ਕੇ ਇਹਦੇ ਵਿੱਚੋਂ ਕੱਢ ਕੇ ਲੈ ਗਏ ਸੋਨਾ ਜਿਹੜਾ ਮੋਟਾ ਮੋਟਾ। ਮੈਂ ਦੋਵੇਂ ਜਾਣੇ। ਦੂਜੀ ਘਰਦੀ ਆ? ਹਾਂ। ਆਹੋ, ਕੰਧ ਟੱਪ ਕੇ ਉੱਧਰ ਦੀ ਆਏ ਆ ਨਾ ਕਿ ਪਿੱਛੋਂ ਅਤੇ ਇੱਧਰ ਸਿੱਧੇ ਆਣ ਕੇ ਵੜ ਗਏ ਆ। ਇਹ ਬਾਹਰ ਸੁੱਤੀ ਸੀ ਅਤੇ ਮੈਂ ਅੰਦਰ ਸੁੱਤਾ। ਅੱਛਾ ਜੀ। ਅਤੇ ਮੈਨੂੰ ਪਤਾ ਹੀ ਨਹੀਂ ਲੱਗਾ ਜਦੋਂ, ਮੈਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਉਹਨਾਂ ਚਾਹੁੰਦੇ ਆਣ ਕੇ ਨੱਪ ਲਿਆ ਮੈਨੂੰ ਅਤੇ ਮੇਰੀਆਂ ਬਾਹਾਂ ਬੰਨ੍ਹ ਕੇ ਪਿੱਛੇ ਅਤੇ ਲੱਤਾਂ ਵੀ ਬੰਨ੍ਹ ਲਈਆਂ ਅਤੇ ਮੂੰਹ 'ਚ ਕੱਪੜਾ ਵੀ ਦੇਣ ਨੂੰ ਫਿਰਦੇ ਸੀ ਪਰ ਨਹੀਂ ਦਿੱਤਾ ਉਹਨਾਂ ਮੁੜ ਕੇ ਅਤੇ ਜਿੰਨਾ ਚਿਰ ਮੁੜ ਕੇ ਇੱਧਰਲੇ ਬੰਨੇ ਆਣ ਕੇ ਲੁੱਟਦੇ ਰਹੇ ਆ ਅਤੇ ਸੋਨਾ ਲੈ ਗਏ ਆ। 5,000 ਕੈਸ਼ ਸੀ ਮੇਰੇ ਕੋਲ। ਕਿੰਨਾ ਸੋਨਾ ਸੀ? ਸੋਨਾ 11 ਤੋਲੇ ਹੈਗਾ ਜੀ। ਉਹਨਾਂ ਕੋਲ 6 ਗੋਲੀ ਦਾ ਸੀ ਜੀ ਉਹ ਪਿਸਤੌਲ, ਹੋਰ ਕਿਰਪਾਨਾਂ ਕਿਰਪੂਨਾ ਬਾਕੀ ਸਭ ਕੁਛ ਬਥੇਰਾ ਸੀ। ਇਹ 1 ਤੋਂ ਸ਼ੁਰੂ ਹੋਈ ਆ ਜੀ ਅਤੇ 2 ਵਜੇ ਉਹ ਲੁੱਟ ਕੇ ਸਾਨੂੰ ਚਲੇ ਗਏ। ਆਏ ਹਾਂ ਜੀ ਮੌਕੇ 'ਤੇ, ਮੌਕੇ 'ਤੇ ਸਭ ਕੁਛ ਦੇਖਿਆ ਵਾ, ਹੈਂ ਜੋ ਵੀ ਕਾਰਵਾਈ ਬਣਦੀ ਆ ਉਹ ਕੀਤੀ ਜਾਊਗੀ ਅਤੇ ਪਰਚਾ ਦਰਜ ਕੀਤਾ ਜਾਊਗਾ ਅਤੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਊਗੀ।